ਸਰਦਾਰ ਗੁਰਪ੍ਰੀਤ ਸਿੰਘ ਜੀ ਸਰਪੰਚ ਪੱਬਾ ਲੰਡਾ, ਦੀਪ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਦੇ ਨਾਲ, ਕਲੱਬ ਦੇ ਪ੍ਰਧਾਨ ਸਰਦਾਰ ਗੁਰਜਾਨ ਸਿੰਘ ਜੀ ਬਰਾੜ ਉਹਨਾਂ ਦੇ ਨਾਲ, ਮਾਸਟਰ ਬਲਵਿੰਦਰ ਸਿੰਘ ਜੀ, ਆਰ ਬਾਈ ਜਗਦੀਸ਼ ਜੀ, ਸਾਰੇ ਵੀਰ ਨਾਲ ਆ ਕੇ ਟੀਮਾਂ ਨੂੰ ਆਸ਼ੀਰਵਾਦ ਜਿਹੜਾ ਦੇਣਗੇ ਮੇਰੇ ਵੀਰੋ। ਇਸ ਤੋਂ ਅਗਲੇ ਮੈਚ ਦੇ ਲਈ ਬੇਨਤੀ ਕਰਦੇ ਹਾਂ, ਡੱਗੋ ਰਮਾਣਾ ਵਰਸੀ ਦੇ ਪੜਾਣਾ ਦੀਆਂ ਟੀਮਾਂ ਵੀ ਤਿਆਰੀ ਕਰ ਲਓ। ਲਓ ਜੀ, ਲਓ ਜੀ, ਬਹੁਤ ਹੀ ਖੁਸ਼ੀ ਦੀ ਗੱਲ, 31,000 ਰੁਪਏ ਦਾ ਵੱਡਾ ਯੋਗਦਾਨ ਸਾਡੇ ਵੀਰ ਸਰਦਾਰ ਜਸਵੰਤ ਸਿੰਘ ਜੀ ਪੱਟੀ ਸਾਹਿਬ ਉਹਨਾਂ ਦਾ ਜੱਦੀ ਪਿੰਡ ਪਿਪਲੀ, ਆਰ ਬਾਈ ਲਖਵਿੰਦਰ ਸਿੰਘ ਜੀ ਹਰਦਿਆਲਿਆਂ ਵਾਲੇ ਸੰਧੂ ਸਾਹਿਬ ਜੀ, 31,000 ਰੁਪਏ ਦਾ ਵੱਡਾ ਯੋਗਦਾਨ ਸਾਡੇ ਇਹਨਾਂ ਭਰਾਵਾਂ ਦੇ ਵੱਲੋਂ। ਲਓ ਜੀ, ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਸਰਦਾਰ ਜਸਵੰਤ ਸਿੰਘ ਜੀ ਪੱਟੀ ਸਾਹਿਬ, SHO ਸਾਹਿਬ ਉਹਨਾਂ ਦੇ ਨਾਲ, ਸਰਦਾਰ ਗੁਰਨਾਮ ਸਿੰਘ ਦੀ ਮੁਦਕੀ, ਸਰਦਾਰ ਜਗਜੀਵਨ ਸਿੰਘ ਜੀ ਸਾਬਕਾ ਸਰਪੰਚ ਪਿੰਡ ਹਰਦਿਆਲਿਆਂ ਨੂੰ ਵੀ ਪੁੱਜੇ ਨੇ, ਧੰਨਵਾਦ ਕਰਦੇ ਹਾਂ। ਲਓ ਜੀ, ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ਜਾ ਰਹੀ ਆ। ਸਰਦਾਰ ਰਮਿੰਦਰ ਸਿੰਘ ਜੀ ਮੁਦਕੀ ਪ੍ਰਧਾਨ ਸਾਹਿਬ ਨਾਲ, ਰਵਿੰਦਰ ਕੁਮਾਰ ਜੀ ਪ੍ਰਧਾਨ, ਰਜਿੰਦਰ ਕੁਮਾਰ MC ਮੁਦਕੀ, ਗਗਨ ਜੀ, ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਦੋਨਾਂ ਟੀਮਾਂ ਇੱਧਰ, ਸਾਡੇ ਸਤਿਕਾਰਯੋਗ ਸਰਦਾਰ ਰਮਿੰਦਰ ਸਿੰਘ ਜੀ ਮੁਦਕੀ ਆਪਣੇ ਨਗਰ ਮੁਦਕੀ ਦੇ ਵਿੱਚ ਵੀ ਬਹੁਤ ਵੱਡਾ ਖੇਡ ਮੇਲਾ ਕਰਵਾਉਂਦੇ ਆ। ਲਓ ਜੀ, ਦੋਨਾਂ ਟੀਮਾਂ ਦੇ ਨਾਲ ਇਸ ਵੇਲੇ ਸ਼ਖਸੀਅਤਾਂ ਦੀ ਜਾਣ ਪਹਿਚਾਣ, ਸਰਦਾਰ ਗੁਰਜਾਨ ਸਿੰਘ ਜੀ ਬਰਾੜ ਕਲੱਬ ਪ੍ਰਧਾਨ, ਬਾਈ ਗੋਗੀ ਜੀ, ਸਾਰੇ ਵੀਰ ਸਾਡੇ ਇਸ ਵੇਲੇ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਦੇ, ਮਾਸਟਰ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਸ਼ਖਸੀਅਤਾਂ ਦਾ। ਉੱਧਰ ਸਰਦਾਰ ਅੰਬਰਪਾਲ ਸਿੰਘ ਜੀ US ਅਮਰੀਕਾ ਵਾਲੇ, ਡੱਗੋ ਰਮਾਣੇ ਵਾਲੇ ਸਾਡੇ ਵੀਰ ਵੀ ਪੁੱਜੇ ਨੇ, ਧੰਨਵਾਦ ਕਰਦੇ ਹਾਂ। ਰੋਬਨ ਬਰਾੜ, ਸਿਮਰਨ, ਸਾਡੇ ਪਿਆਰੇ ਵੀਰ ਅਮਨ ਜੀ ਔਰ ਸਿਕੰਦਰ ਜੀ, ਅੱਜ ਬਹੁਤ ਹੀ ਖੁਸ਼ੀ ਦੀ ਗੱਲ ਦੱਸ ਕੀ ਰਹੇ ਹੋ, ਦੁਨੀਆ ਭਰ ਦਾ ਮਸ਼ਹੂਰ ਕਬੱਡੀ ਖਿਡਾਰੀ, ਕਬੱਡੀ ਦੇ ਵਿੱਚ ਤਹਿਲਕਾ ਮਚਾਉਣ ਵਾਲਾ ਅਮਨ ਕੌਂਕਿਆਂ ਵਾਲਾ ਤੇ ਸਿਕੰਦਰ ਮਾੜੀ ਵਾਲੇ ਕਬੱਡੀ ਖਿਡਾਰੀ ਦਾ ਵੀ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾਣਾ। ਸਾਡਾ ਵੀਰ ਬਾਈ ਸਿਮਰ ਸਿਮਰਾ ਬਰਾੜ ਪਿਪਲੀ ਵਾਲਾ ਤੇ ਭੋਲਾ ਸੁੱਖਣ ਵਾਲਾ ਸਾਡਾ ਵੀਰ ਅੱਜ ਕਹਿੰਦੇ ਅਮਨ ਕੌਂਕਿਆਂ ਵਾਲੇ ਦੇ ਸਿਕੰਦਰ ਮਾੜੀ ਵਾਲੇ ਕਬੱਡੀ ਖਿਡਾਰੀ ਦੇ ਵੀ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ। ਮੋਟਰਸਾਈਕਲਾਂ ਦਾ ਜੇਤੋ ਜ਼ਿਲ੍ਹਾ ਲੁਧਿਆਣਾ ਦਾ ਮਸ਼ਹੂਰ ਪਿੰਡ ਕੌਂਕੇ ਕਲਾਂ ਮੇਰੇ ਵੀਰ ਕਬੱਡੀ ਦੀ ਨਰਸਰੀ ਦੇ ਤੌਰ ਤੇ ਜਾਣਿਆ ਜਾਂਦਾ, ਵੱਖਰੀ ਪਹਿਚਾਣ ਰੱਖਣ ਵਾਲਾ ਨਗਰ। ਲਓ ਜੀ, ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਕੇ ਸਾਡੀ ਇਸ ਵੇਲੇ ਸ਼ਖਸੀਅਤਾਂ ਦੇ ਨਾਲ ਗਰੁੱਪ ਫੋਟੋ ਕਰਵਾਈ ਜਾ ਰਹੀ ਹੈ। ਜਵਾਨੀ ਬੁਢਾਪਾ ਬੀਤਦੇ ਹੀ ਜਾਏਗੇ, ਯਾਦਗਾਰ ਕਿਲੇ ਸਿਰ ਫੋਟੋ ਰਹਿ ਜਾਏਗੇ। ਇਹਨਾਂ ਖਿਡਾਰੀਆਂ ਦੀ, ਸਾਡੇ ਮੁੱਖ ਮਹਿਮਾਨਾਂ ਦੀ, ਇਹਨਾਂ ਖੇਡ ਮੈਦਾਨਾਂ ਦੀ, ਕਲੱਬ ਦੀ ਯਾਦ ਹਮੇਸ਼ਾ ਸਾਨੂੰ ਦਵਾਉਂਦੀ ਰਹੇਗੀ ਤਸਵੀਰ। ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜਸਵੰਤ ਸਿੰਘ ਜੀ ਪੱਟੀ ਸਾਹਿਬ, ਬਾਈ ਗੁਰਨਾਮ ਸਿੰਘ ਜੀ ਪ੍ਰਧਾਨ ਸਾਹਿਬ ਮੁਦਕੀ, ਗਰਗ ਜੀ, ਸਾਰੇ ਵੀਰ ਸੰਧੂ ਸਾਹਿਬ ਹੋਣੀ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਕੇ ਸਟੇਜ ਦੇ ਵੱਲ ਪਰਤਦੇ ਹੋਏ, ਸਰਦਾਰ ਜਗਜੀਵਨ ਸਿੰਘ ਜੀ ਸਾਬਕਾ ਸਰਪੰਚ ਪਿੰਡ ਹਰਦਿਆਲਿਆਣਾ। ਲਓ, ਦੋਦੇ ਦੀ ਟੀਮ ਦਾ ਸ਼ੁਕਰ, ਸੜਕ ਵਾਲੇ ਪਾਸੇ ਮੈਚ ਕਹਿੰਦੇ ਬੜਾ ਟੌਪ ਦਾ ਖੇਡਿਆ ਜਾਣਾ। ਇੱਧਰ ਬਾਬਾ ਜੀ ਉਹਨਾਂ ਦੇ ਵੱਲੋਂ ਦਾਸ ਦੇ ਲਈ ਵੀ ਬਹੁਤ ਸਾਰਾ ਮਾਣ ਪਿਆਰ ਬਾਬਾ ਜੀ ਪਕੌੜਿਆਂ ਵਾਲੇ ਭੇਜਦੇ, ਧੰਨਵਾਦ ਕਰਦੇ ਹਾਂ। ਅਗਲਾ ਮੈਚ ਡੱਗੋ ਰਮਾਣਾ ਤੇ ਪੜਾਣਾ ਦੀਆਂ ਟੀਮਾਂ ਜਿਹੜੀਆਂ ਬਾਹਰ ਹੀ ਵਾਰਮ ਅਪ ਰਹਿਣਗੀਆਂ, ਸੰਤ ਬਾਬਾ ਜਰਨੈਲ ਸਿੰਘ ਜੀ ਕਲੱਬ ਲੰਡੇ ਤੇ ਤੂਤ ਦੀਆਂ ਟੀਮਾਂ ਵੀ ਤਿਆਰੀ ਕਰ ਲਓ ਮੇਰੇ ਵੀਰ। ਸੰਤ ਬਾਬਾ ਜਰਨੈਲ ਸਿੰਘ ਜੀ ਕਲੱਬ ਲੰਡੇ ਤੇ ਤੂਤ ਦਾ ਵੀ ਕਹਿੰਦੇ ਬੜਾ ਤਕੜਾ ਮੈਚ ਹੋਵੇਗਾ। ਲਓ, ਪਹਿਲੀ ਕਬੱਡੀ ਇਹ ਵਰਿੰਦਰ ਸਿੰਘ ਲੰਡਿਆਂ ਦਾ ਮੇਰੇ ਵੀਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਇਹ ਕਬੱਡੀ ਦਾ ਮੱਚਦਾ ਗਿਆਰ ਇਸ ਵੇਲੇ ਵਰਿੰਦਰ ਲੰਡਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਕਿਕੰਨੀ ਤੇ ਕਹਿੰਦੇ ਨਾਜਨ ਬਲਦੇਵ ਘੋੜਾ ਦੋਦੇ ਵਾਲਾ ਦੁਨੀਆ ਭਰ ਦਾ ਮਸ਼ਹੂਰ ਕਹਿੰਦੇ ਜਾਫੀ। ਲਓ, ਬਲਦੇਵ ਘੋੜੇ ਦੋਦੇ ਵਾਲ ਦਾ ਫੜਿਆ ਗੁੱਟ, ਵਰਿੰਦਰ ਲੰਡਿਆਂ ਦੀ ਪਈ ਹੋਈ ਕਬੱਡੀ। ਲਓ, 65 ਮੇਰੇ ਵੀਰੇ ਪਹਿਲਾ ਡੇਢ ਨੰਬਰ ਇਸ ਵੇਲੇ ਲੰਡਿਆਂ ਦੀ ਟੀਮ ਦੇ ਸੇ ਜੜਦਾ ਹੋਇਆ, ਨੰਬਰ ਰੇਡਰ ਦੇ ਸੇ ਜੜਦਾ ਹੋਇਆ। ਲਓ, ਨਰਵੈਰ ਸਿੰਘ ਪੂਰਾ ਨਾਂ ਪਰ ਦੁਨੀਆ ਘੋਨੀ ਦੇ ਨਾਂ ਨਾਲ ਜਾਣਦੀ ਆ, ਨਾ ਨਰਵੈਰ ਸਿੰਘ ਘੋਨੀ ਰਾਣੀ ਵਾਲੇ ਵਾਲਾ ਕਬੱਡੀ ਪਾਉਂਦਾ ਹੈ, ਜਿਲ੍ਹਾ ਮੁਕਤਸਰ ਦਾ ਖਿਡਾਰੀ ਤੇ ਦੂਸਰੇ ਪਾਸੇ ਤਾਰ ਲੰਡਿਆਂ ਦਾ ਮੇਰੇ ਵੀਰੇ। ਲਓ ਜੀ, ਨੰਬਰ ਰੇਡਰ ਦੇ ਸੇ ਜੜਦਾ ਹੋਇਆ, ਪਹਿਲੇ ਡੇਢ ਨੰਬਰ ਦੇ ਲਈ ਵਰਿੰਦਰ ਦਾ ਮਾਨ ਸਨਮਾਨ ਸਾਡੇ ਬਾਈ ਪੰਮੇ ਪੱਖੀ ਦੇ ਵੱਲੋਂ ਦਿੱਤਾ ਗਿਆ। ਲਓ, ਅਗਲੀ ਕਬੱਡੀ ਫਿਰ ਖੇਡ ਮੈਦਾਨ ਦੇ ਵਿੱਚ, ਲੱਖੇ ਲੰਡਿਆਂ ਵੱਲ ਦੀ ਪਈ ਹੋਈ ਰੇਡ ਮੇਰੇ ਵੀਰੋ, ਇੱਕ ਲੱਖਾ ਗਾਜੀਪੁਰ ਦਾ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ, ਇੱਕ ਪਾਸੇ ਕਹਿੰਦੇ ਫੜਿਆ ਗੁੱਟ ਲੱਗੀ ਕੈਂਚੀ, ਲਓ ਛਡਾਇਆ ਗੁੱਟ ਤੇ ਸਾਹਮਣੇ ਪੁਆਇੰਟ ਜਿਹੜਾ ਗੱਭਰੂ ਨੌਜਵਾਨ ਇਸ ਵੇਲੇ ਗਗਨ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ, ਨੰਬਰ ਰੇਡਰ ਦੇ ਹਿੱਸੇ ਜੜਦਾ ਹੋਇਆ।
गगन जलाल वाला मेरे वीरो, गगन जलाल कलियां दा बादशाह कलदीप मानक दा मेरे वीरो पिंडो लखा जा नंबर इस वेले लंडिया दे हिस्से जोड़ता होया। लो जोत पिंडरां दा इस वेले कबड्डी पाउंदा होया। उधर गरजान सिंह जी बराड़ साहब अज लख लख वधाई देवे। लो जोत पिंडरां दा ते दूसरे पासे दीपा लंडिया दा सपेर खिडारी भाई जी गानी बहिओ भाई थले, सपेर खिडारी नूं बेनती थले बैठ जाओ मेरे वीर। मैच बड़ा तकड़ा टाप दा खेडा जा रहा। लो जोत पिंडरां दा एक नंबर दा होर वाधा दुद्ध दी टीम दे वास्ते करदा होया। ला अगली कबड्डी टेक धरती मारो मत्था मेरे वीर। लखा लंडिया जा इस वेले कबड्डी पाउंदा होया। लो लखे की कबड्डी लंडिया की धरती कदे पूर्ण की कबड्डी की गल कदे मंदिर की चर्चा। एक पासे फिर फड़िया गुट मेरे वीरो। लो काला दोधे वाला मेरे वीरो कमाल दी उधर कहते लगी हुई कैंची। समा बीता जा रहा चलता हुआ सिगार से दोनों खिडारियों का लगे हुआ जोर। पई हुई लखे की कबड्डी ते सामने काले दस वेले मेरे वीरो लगता हुआ जफा। मारो ताड़िया जो वज दिया चीका ते ताड़िया ने पता लगता दर्शकों के दिल लग्या दा। ए दुनिया पूजती जोधिया नू कोई ना नहीं लेंदा भज्जां दा। लाओ इस वेले पॉइंट दोधे दे सिते अगली कबड्डी कोनी इस वेले खेड मैदान दे विच रेड पाउंदा होया। एक पासे मेरे वीरो लग्या जोर ते नंबर रेडर दे से जड़दा होया। लाओ बिरिंदर लंडिया का अगली कबड्डी पाँदा है। इधर साढ़े वीर वालों लाण हो चुका है केंद्र बिंदर जिहड़ी टीम जितेगी 200 रुपए का मान सम्मान दिता जाएगा। लाओ सामने वरिंदर की पाई हुई कबड्डी तो उधर काले की फिर पट्टी हुई खुच मेरे वीरियो। लाई हुई ताक खेड मैदान औखी आ कबड्डी कढ़नी खुच ते लाउणी ताक मित्रों दा मेहनत के नाल सारे लगते खा के खुराक मित्रों। एक पासे काला ते दूसरे पासे वरिंदर लंडिया का मेरे वीरियो। लाओ मैदान दे विच नंबर इस वेले जाफियां दे से जड़दा होया। पवैट दोधे की टीम दे से जड़दा होया। उधर अमन कौंकियां दा भी पुज्जा होया दुनिया भर का मशहूर खिडारी। अज कहिंदे सिकंदर माड़ीवाल दा ते नाल अमन कौंकियां वाल दा कहिंदे विशेष तौर पर मान सम्मान किया जाएगा। लो जोत पिंडरां दा इस वेले कबड्डी पाउंदा होया। लो जोत की कबड्डी मेरे वीरो खेड मैदान दे विच नंबर इस वेले दोधे की टीम दे से जड़दा होया। उधर बिल्ला बुरज मस्ता वाला कहिंदा जेकर घोड़ा दोधे वाला जफा लावेगा तो 100 रुपए का मान सम्मान दिता जाएगा। अगली कबड्डी गगन जलाल का कबड्डी पाँदा होया बठिंडे जिले का खिडारी। लो गगन जलाल इस वेले कबड्डी पाँदा होया। उधर बलदेव सिंह घोड़ा दोधे वाला ट्राई करता मुकाबला दोनों खिडारियों का। एक पासे पाई हुई गगन जलाल की कबड्डी। लो नंबर रेडर देसे जड़ता होया। यह आ गगन जलाल वाला नौजवान। अगली कबड्डी फिर मैदान नरवैर सिंह कोनी राणीवाल का कबड्डी पाँदा होया। उधर भाई दविंदर सिंह जी काका ढीमा वाली वह भी पुजे ने धन्यवाद करते। लो सामने पाई हुई कबड्डी। एक पासे तार लंडिया का मेरे वीरो दुनिया भर का कबड्डी का महान खिडारी। इस वेले दोनों खिडारियों का लग्या हुआ जोर ते तार लंडिया का मेरे वीरो खेड मैदान जफा लाउंदा होया। लै भी भाई गोले वाली ए तार दे लई 100 रुपए का मान सम्मान। इधर साडा वीर भाई टैलीफोन वाले गोले वाले वाले साडे वीर तार दे जफे तो खुश होकर 100 रुपए का मान सम्मान भेजते हैं। बहुत बहुत धन्यवाद करते हैं। पा भी नौजवान रेड अगली कबड्डी लखा इस वेले लंडिया वाला कबड्डी पाँदा होया। उधर भाई दविंदर सिंह जी बराड़ साहब भाई गरजंट होना दे बड़े परम मित्र पुजे ने धन्यवाद करते हैं। लो लखे की पाई हुई कबड्डी ते फिर बलदेव घोड़ा दोधे वाला मेरे वीरे जफा लाउंदा होया। कमाल का जफा। मारो ताड़िया जेकर मैच का देखने का स्वाद आ रहा एक बार ताड़ी मार दे दस किरो। यह आ बलदेव सिंह घोड़ा दोधे वाला मेरे वीरे बेहतरीन जफा लाउंदा होया। आओ अगली कबड्डी जी दर दे नाल पई हुई रेड। लो जोत पिंडरां दा ते दूसरे पासे इस वेले नंबर रेडर दे हिस्से जड़दा होया। पवैट मेरे वीरो दोधे की टीम दे हिस्से जड़दा होया। तैनू मुंडिया गल समझावा मिलदा नाम ते नाले नावा की टिकट कटाउणी बसां दी हुण तो डंड बैठकां लाला कबड्डी होगी लखां दी। वरिंदर लंडिया दा मेरे वीर अगली कबड्डी पाउंदा होया। लो वरिंदर सिंह दी पई हुई कबड्डी चार जाफी दोधे दी धरती दे जिला मुक्तसर दे। एक पासे बलदेव घोड़ा दोधे वाला दूसरी कन्नी ते काला चारा जाफियां दी कीती हुई ब्यौत बंदी। ते लो वरिंदर सिंह लंडिया दा इस वेले पॉइंट अपनी टीम दे से जोड़दा होया। अगली कबड्डी नरवैर सिंह कोनी राणीवाल वाला कबड्डी पाउंदा होया। राणीवाल पिंड जिला मुक्तसर दा इस खिडारी दा। उधर तार नाल दीपा मेरे वीरो चारा जाफियां दा कमदा है सैट ते चौहां दे विचों पॉइंट जिहड़ा इस वेले रेडर दे से जोड़दा होया नंबर दोधे दी टीम दे से जोड़दा होया। बहुत ही जबरदस्त मैच इस वेले
बहुत ही सख्त मुकाबला बड़ा वधिया ते बड़ा रोचक मैच मेरे वीर खेडा जा रहा है कि माल माड़िया का तकड़े लै जाते मुड मुड़ तो यह दस्तूर मियाँ पानी उछल दे चना दे पानिया के धक्के मार दे रोड़ दे दूर मियाँ कबड्डी खेड है लोगो खेड ऐसी चढ़ती दशकों के दिलों से सरूर मियाँ लो गगन जलाल वाला इस वे कबड्डी पाँदा हो पवैट गगन जलाल दे से जुड़ता हो नंबर लंडिया की टीम दे से जुड़ता हो लो जोत पिंडरां दा कदे कहिंदे सिरे की कबड्डी का सिक्का चलिया लो इस वे जोत पिंडरां दा कबड्डी पाँदा हो नंबर इस वे रेडर के हिस्से के जुड़ता हो इसे ही मुकाबला समाप्त बहुत ही मेरे वीरों तकड़ा मैच इसे ही मैच की होगी समाप्ति लैवी भाई मणि दसो जी कि टीम किन्ने नंबर लैके जीत रही आ लंडिया की टीम के नंबर ने साढ़े छे दोधे की टीम के नंबर ने दस दस के दो दस मैच के जीत रहा जी उधर साडा वीर गोले वाले वाले वीर वालों 200 रुपया जेतू टीम ने दिता गया बहुत बहुत धन्यवाद कर दे जी आओ जी अगला मैच है डगर माना वर्ष जे पढ़ाना उधर दविंदर सिंह जी उन्होंने दोस्त भाई मनजोत जी साढ़े वीर पहुंचे ने धन्यवाद करते हैं साढ़े वीर का भाई मनजोत ढिलो जी गोलेवाला भाई दविंदर सिंह जी बराड बलजिंदरा कॉलेज के जिले प्रधान ने सुखी कग्याणा जी सारे वीर का धन्यवाद करते जगरीत पलवान जगदीप बराड़ गगन बराड़ ते पिंदर बराड़ होनी इन्हों का असं बहुत बहुत धन्यवाद करते हैं अपने कीमती समय के समा कड के आए हैं उधर अंतराडी कबड्डी खिडारी जगदीप ढीमा वाली साडा वीर वह भी पुजे धन्यवाद करते जी डगर मना वर्ष के पढ़ाने का मुकाबला इस वे शुरू हो चुके है पढ़ाने की टीम दर्शकों सड़क वाली सैड और डगर मना की टीम जी बाबा जी के डेरे वाले पास रेल की पटड़ी वाले पास मेरे वीर डगर मना और पढ़ाने की टीम जी सड़क वाले पास लो पहली कबड्डी इस वे कला बैरोकियां की धरती का मेरे वीर कनेडा की धरती से खेड के परत्या नौजवान मोटरसाइकलों का वक् वक् खेड मेलों का जेतू खिलाड़ी लो पहली रेड काला बैरो कहता इस वे कबड्डी पाँदा होया अज खिडारियों के इलाके पहुंचे हाँ केंद्र गोरे गोले वाली का पूरी दुनिया के सिक्का चलिया एक मैच के 17 जफ्फे लाने का रिकॉर्ड गोरे गोले वाली के नाम मेरे वीरों इस इलाके का बड़ा मशहूर खिडारी कदे गुरप्यार कलेर जगदीप ढीमा वाली यह सारे इस इलाके के जिहड़े महान खिडारी मोड़ा घमियारा समय समय सिर उन्हां खिडारियों ने अपनी खेड की चर्चा जिहड़ी पंजाब के खेड मेलों से करवाई दुनिया भर के महान कबड्डी खिडारियों का एरिया है लागली कबड्डी फिर पढ़ाणा दे वल्लों इस वेले खेड मैदान पाई हुई रेड पढ़ाणा जगमीत सिंह वर्गे इस धरती ने बड़े महान खिडारी पैदा किए बब्बू पढ़ाणे का मेरे वीर दुनिया के महान खिडारी होया लो सामने शरणे के नाम मुकाबला हो चुका है एक पासे कहिंदे दो नंबर का कनेडा का जाफी खिडारी शरणजीत सिंह शरणा डगर माने वाला भरिया हुई बगल लग्या हुआ जोर खेड मैदान समा बीता जा रहा है एक पासे कहिंदे शरणा डगर माने वाला मेरे वीरों अपनी बाहां के बलबूते ढकन की कोशिश करता हुआ पर नंबर जिहड़ा इस वेले रेडर दे से जुड़ता हुआ पवैट पढ़ाने की टीम दे से जुड़ता हुआ अगला मैच संत बाबा जरनैल सिंह जी क्लब लंडे ते तूत दी टीमां भी जल्दी पहुंचो खारा वर्ष जी कौके कला शूशक वर्ष ज दोदा यह सारिया टीम अपने मुकाबलों नोट कर लो मेरे वीर ला शिकंदर माड़ी वाला इस वे पवैट मेरे वीर डगर माना की टीम दे से जोड़ता हुआ अज कहिंदे शिकंदर डगर शिकंदर माड़ी वाल का ते नाल कहिंदे अमन कौकियां वाल का विशेष तौर पर मान सम्मान किया जाएगा लागली कबड्डी पढ़ाणा दे वल्लों खेड मैदान पाई हुई रेड एक पासे शरणा डगर माने वाला इस वेले दुनिया भर का महान कबड्डी खिडारी नाल सेवक लो सामने चार जाफियां का लग्या सैट ते पैंदी हुई पढ़ाने दे गभरू की कबड्डी लो शेरा इस वेले पढ़ाने वाला कबड्डी पाँदा हुआ ते दूसरे पासे सेवक डगर माने वाला इस वेले कोशिश करता हुआ एक पासे शेरा कबड्डी पाँदा हुआ दोनों खिडारियों का मुकाबला सख्त समा बीता जा रहा लो जी पवैंट जिहड़ा यह जाफियां दे से जुड़ता हुआ नंबर इस वेले डगर मन की टीम दे से जुड़ता हुआ इधर जंटा लंडिया वाला बदोवाल के कबड्डी कप का नैनो कार का जेतू खिडारी नाल जगराज
ਸਾਡਾ ਵੀਰ ਧੰਨੇ ਸ਼ਹੀਦ ਵਾਲਾ ਪੁੱਜਿਆ। ਧੰਨਵਾਦ ਕਰਦੇ ਨਾ ਖਿਡਾਰੀਆਂ ਦਾ। ਲਓ ਸਤਨਾਮ ਡੱਗਰ ਮਾਲੇ ਵਾਲਾ ਕਬੱਡੀ ਪਾਉਂਦਾ ਹੋਇਆ ਆ ਖਿਡਾਰੀ ਦੀ ਵੀ ਦੁਨੀਆ ਕਹਿਲ ਆ ਮੇਰੇ ਵੀਰੋ। ਇਹ ਆ ਫਰੀਦਕੋਟ ਜ਼ਿਲ੍ਹੇ ਦਾ ਮਹਾਨ ਕਬੱਡੀ ਖਿਡਾਰੀ ਸਤਨਾਮ ਡੱਗਰ ਮਾਲੇ ਵਾਲਾ ਇਸ ਵੇਲੇ ਇੱਕ ਨੰਬਰ ਦਾ ਹੋਰ ਵਾਧਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ। ਇੱਧਰ ਬਾਈ ਸਖਚੈਨ ਸਾਉਂਡ ਵਾਲਿਆਂ ਦਾ ਨਾਲ ਹੀ ਟੈਂਟ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਾਡੇ ਵੀਰਾਂ ਦੇ ਵੱਲੋਂ ਜਿਹੜੀਆਂ ਅੱਜ ਸਵਾਵਾਂ ਦਿੱਤੀਆਂ ਜਾ ਰਹੀਆਂ। ਲਓ ਪੜਾਣੇ ਦੇ ਵੱਲੋਂ ਫਿਰ ਪਈ ਹੋਈ ਕਬੱਡੀ ਤੇ ਸ਼ਰਨੇ ਡੱਗਰ ਮਾਲੇਵਾਲ ਦੇ ਨਾਲ ਮੁਕਾਬਲਾ ਮੇਰੇ ਵੀਰੋ। ਲਓ ਦੋਨਾਂ ਖਿਡਾਰੀਆਂ ਦਾ ਚੱਲਦਾ ਹੋਇਆ ਸੰਘਰਸ਼, ਇੱਕ ਪਾਸੇ ਪੜਾਣਾ ਕਬੱਡੀ ਪਾਉਂਦਾ ਹੋਇਆ ਜੀ ਦਰ ਦੇ ਨਾਲ ਤੇ ਦੂਸਰੇ ਪਾਸੇ ਸ਼ਰਨਾ ਡੱਗੋ ਵਾਲਾ ਮੇਰੇ ਵੀਰੋ ਆਪਣੀਆਂ ਬਾਹਾਂ ਦੇ ਬਲਬੂਤੇ ਡੱਕਣ ਤੇ ਰੱਖਣ ਦੀ ਕੋਸ਼ਿਸ਼ ਦੇ ਵਿੱਚ। ਲਓ ਕਹਿੰਦੇ ਕੈਨੇਡਾ ਦੀਆਂ ਖੇਡ ਮੈਦਾਨਾਂ ਦਾ ਦੋ ਨੰਬਰ ਦਾ ਇਜਾਫੀ ਵੱਖ ਵੱਖ ਮੇਰੇ ਵੀਰੋ ਕਲੱਬਾਂ ਦੇ ਲਈ ਖੇਡ ਕੇ ਇਸ ਖਿਡਾਰੀ ਨੇ ਰਿਕਾਰਡ ਪੈਦਾ ਕੀਤੇ। ਇਹ ਆ ਸ਼ਰਨਾ ਡੱਗਰ ਮਾਲੇ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਮਹਾਨ ਕਬੱਡੀ ਖਿਡਾਰੀ। ਲਓ ਸਾਹਮਣੇ ਅਗਲੀ ਕਬੱਡੀ ਕਾਲਾ ਵੈਰੋ ਕਹਿੰਦਾ ਮੇਰੇ ਵੀਰੋ ਨੰਜੀ ਵੈਰੋ ਕਹਿੰਦੀ ਕਬੱਡੀ ਦਾ ਵਾਰਸ ਜ਼ਿਲ੍ਹਾ ਮੋਗਾ ਦਾ ਬਾਘੇ ਪੁਰਾਣੇ ਤਹਿਸੀਲ ਦੇ ਏਰੀਏ ਦਾ ਖਿਡਾਰੀ। ਲਓ ਕਾਲਾ ਵੈਰੋ ਕਹਿਣ ਵਾਲਾ ਕਬੱਡੀ ਪਾਉਂਦਾ ਹੋਇਆ ਕਾਲੇ ਦੀ ਕਬੱਡੀ, ਇੱਕ ਕਾਲਾ ਧਨੌਲੇ ਵਾਲਾ ਇੱਕ ਕਾਲਾ ਗਾਜੀਆਣੀਆ ਕਹਿੰਦੇ ਕਬੱਡੀ ਦਾ ਸਟਾਰ ਤੇ ਲਓ ਪੁਆਇੰਟ ਕਾਲਾ ਵੈਰੋ ਕਹਿਣ ਵਾਲਾ ਇਸ ਵੇਲੇ ਡੱਗਰ ਮਾਨ ਦੀ ਟੀਮ ਦੇ ਲਈ ਪ੍ਰਾਪਤ ਕਰਦਾ ਹੋਇਆ। ਪਾ ਵੀ ਸ਼ੇਰੇ ਕਬੱਡੀ ਇੱਕ ਰਾਹੂ ਵਾਲੀ ਅੱਜ ਕਹਿੰਦੇ ਕੌਂਕਿਆਂ ਲਈ ਕਬੱਡੀਆਂ ਪਾ ਰਿਹਾ। ਰੂਮੀ ਦੇ ਕਬੱਡੀ ਕੱਪ ਤੇ ਕਹਿੰਦੇ ਲੰਡੀ ਜੀਪ ਜਿੱਤਣ ਵਾਲਾ ਖਿਡਾਰੀ ਸ਼ੇਰਾ ਰਾਹੂ ਵਾਲੀਆ ਵੀ ਪੁੱਜਿਆ। ਧੰਨਵਾਦ ਕਰਦੇ। ਲਓ ਸ਼ੇਰਾ ਪੜਾਣੇ ਵਾਲਾ ਕਬੱਡੀ ਪਾਉਂਦਾ ਹੋਇਆ ਹਲਕਾ ਜਿਹਾ ਟੱਚ, ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ, ਨੰਬਰ ਰੇਡਰ ਦੇ ਸੇ ਜੜਦਾ ਹੋਇਆ। ਇਸੇ ਤਰ੍ਹਾਂ 7 ਤੇ 8 ਜਿਹੜੀ ਨਵੰਬਰ ਬਰਜ ਮਸਤਾ ਦੇ ਖੇਡ ਮੇਲੇ ਦੀ ਹੋਵੇਗੀ ਦਸ਼ਕਰੀਓ। 7 ਤਰੀਕ ਨੂੰ ਕਬੱਡੀ 58 ਤੇ 65 ਦੇ ਮੈਚ ਖੇਡੇ ਜਾਣਗੇ। 8 ਨਵੰਬਰ ਨੂੰ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ। 18 ਤੇ 19 ਨਵੰਬਰ ਸ਼ੂਸ਼ਕ ਦੇ ਕਬੱਡੀ ਕੱਪ ਦੀ ਹੋਵੇਗੀ। 19 ਤਰੀਕ ਨੂੰ ਸ਼ੂਸ਼ਕ ਦੇ ਵਿੱਚ ਕਬੱਡੀ ਦਾ ਮਹਾਂਦੰਗਲ ਕਰਵਾਇਆ ਜਾ ਰਿਹਾ, ਜਿੱਥੇ ਬੈਟ ਰੇਡਰ ਤੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਇਸੇ ਨਾਲ ਹੀ ਮੁਕਾਬਲਾ ਸਮਾਪਤ। ਲੈ ਵੀ ਮਾਈ ਮਣੀ ਦੱਸੀ ਇਸ ਮੈਚ ਦੇ ਵਿੱਚ ਉਹਦੀ ਡੱਗੋ ਰਮਾਣਾ ਦੀ ਟੀਮ ਜਿਹੜੀ 7.5 ਪੁਆਇੰਟਾਂ ਦੇ ਨਾਲ ਜੇਤੂ ਰਹੀ ਹੈ, ਡੱਗੋ ਰਮਾਣਾ ਦੀ ਟੀਮ ਜੇਤੂ ਆ। ਪ੍ਰਬੰਧਕ ਵੀਰਾਂ ਨੂੰ ਬੇਨਤੀ ਆ, ਬਾਈ ਰਿੰਕੂ ਨੋਟ ਕਰ ਲਿਓ ਬਾਈ ਜੀ, ਡੱਗੋ ਰਮਾਣਾ ਦੀ ਟੀਮ ਜਿਹੜੀ ਜੇਤੂ ਰਹੀ ਆ। ਅਗਲਾ ਮੈਚ ਸੰਤ ਬਾਬਾ ਜਰਨੈਲ ਸਿੰਘ ਜੀ ਕਲੱਬ ਲੰਡੇ ਤੇ ਤੂਤ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ। ਤੂਤ ਕਹਿੰਦੇ ਗੁਰਜੀਤ ਦਾ ਪਿੰਡ ਆ ਮੇਰੇ ਵੀਰੋ, ਦੁਨੀਆ ਭਰ ਦਾ ਕਬੱਡੀ ਦਾ ਮਹਾਨ ਖਿਡਾਰੀ ਗੁਰਜੀਤ ਤੂਤ ਦਾ ਨਗਰ ਹੈ। 2007 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਟੋਰਾਂਟੋ ਵਰਲਡ ਕਬੱਡੀ ਕੱਪ ਦਾ ਬੈਟ ਰੇਡਰ ਚੁਣਿਆ ਗਿਆ ਗੁਰਜੀਤ ਸਿੰਘ ਤੂਤ, ਮਹਾਨ ਕਬੱਡੀ ਖਿਡਾਰੀ। ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਕਾਰ ਵੱਡਾ, ਤੂੰ ਵੱਡਾ ਤੇਰੀ ਵਡਿਆਈ ਵੱਡੀ, ਚੋਜੀ ਗੁਣਾਂ ਦਾ ਤੂੰ ਭੰਡਾਰ ਵੱਡਾ, ਜੁਗਾਂ ਜੁਗਾਂ ਨਾਲ ਲੱਥਣਾ ਖਾਲਸੇ ਤੋਂ, ਕੀਤਾ ਸਿੱਖ ਕੌਮ ਤੇ ਪਰਕਾਰ ਵੱਡਾ, ਜੁਗਾਂ ਜੁਗਾਂ ਨਾਲ ਲੱਥਣਾ ਖਾਲਸੇ ਤੋਂ। ਦਸ਼ਕਰੀਓ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਬੜੇ ਮਾੜੇ ਹੋ ਚੁੱਕੇ ਸੀਗੇ ਔਰ ਬੜੀ ਦੁਖਦਾਈ ਘਟਨਾ ਬੀਤੀ ਮੇਰੇ ਵੀਰੇ, ਬੜਾ ਦੁੱਖ ਹੋਇਆ। ਦਸ਼ਕਰੀਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦ ਵੀ ਹੋਈ, ਸਾਡੇ ਦਿਲਾਂ ਨੂੰ ਇੱਕ ਠੋਸ ਪਹੁੰਚੀ ਮੇਰੇ ਵੀਰੇ, ਸਾਡੇ ਦਿਲ ਜਲੇ ਵਲੂੰਦਰ ਕੇ ਰੱਖਤੇ ਇਸ ਦੁਰਘਟਨਾ ਨੇ। ਪਰਮਾਤਮਾ ਦੇ ਅੱਗੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਕਿ ਮੇਰਾ ਮਾਲਕ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ। ਉਧਰ ਬਾਈ ਰੋਵਨ ਬਰਾੜ, ਬਾਈ ਬਿਆਨ ਤੇ ਸ਼ਮਸ਼ੇਰ ਤੇ ਨਿਧਨ ਨਿਊਜ਼ੀਲੈਂਡ ਤੋਂ 500 ਰੁਪਏ ਦਾ ਮਾਨ ਸਨਮਾਨ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਆ, ਧੰਨਵਾਦ ਕਰਦੇ ਜੀ। ਅਗਲੇ ਮੈਚ ਦੇ ਲਈ ਮੈਂ ਸੱਦਾ ਦੇਊਂਗਾ ਖਾਰਾ ਵਰਸ ਦੇ, ਕਿਉਂਕਿ ਕਲਾਂ ਦੀਆਂ ਟੀਮਾਂ ਵੀ ਤਿਆਰੀ ਕਰ ਲਓ। ਲਓ ਦਸ਼ਕਰੀਓ ਲੰਡਿਆਂ ਦੀ ਟੀਮ ਸੰਤ ਬਾਬਾ ਜਰਨੈਲ ਸਿੰਘ ਜੀ 20ਵੀਂ ਸਦੀ ਦੇ ਮਹਾਨ ਜਰਨੈਲ ਦੇ ਨਾਂ ਤੇ ਟੀਮ ਐਂਟਰ ਹੋਈ ਆ। ਲੰਡਿਆਂ ਦੀ ਟੀਮ ਖੇਡੇਗੀ ਸੜਕ ਵਾਲੇ ਪਾਸੇ ਔਰ ਤੂਤ ਦੀ ਟੀਮ ਖੇਡੇਗੀ ਬਾਬਾ ਜੀ ਦੇ ਡੇਰੇ ਵਾਲੇ ਪਾਸੇ, ਇੱਧਰ ਰੇਲ ਦੀ ਲੈਣ ਵਾਲੇ ਪਾਸੇ ਤੂਤ। ਪਹਿਲੀ ਕਬੱਡੀ ਮੇਰੇ ਵੀਰੋ ਲੰਡਿਆਂ ਦੇ ਵੱਲੋਂ ਖੇਡ ਮੈਦਾਨ ਦੇ ਵਿੱਚ ਪਵੇਗੀ। ਕਰ ਤਿਆਰੀ ਨੌਜਵਾਨਾਂ ਵੱਧ ਕਬੱਡੀ ਪਾਉਣ ਦੇ ਵਾਸਤੇ। ਲਓ ਉੱਧਰ 4 ਜਾਫੀ ਇਸ ਵੇਲੇ ਤੂਤਾਂ ਦੀ ਧਰਤੀ ਦੇ, ਕੀਪੇ ਵਰਗੇ ਜੱਗੀ ਵਰਗੇ ਪੁੱਜੇ ਆ ਭੂੰਦਣ ਵਾਲੇ ਮੇਰੇ ਵੀਰੋ। ਆਓ ਪਹਿਲੀ ਕਬੱਡੀ ਜਗਰਾਜ ਸਿੰਘ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਲੰਡਿਆਂ ਦੀ ਟੀਮ ਦੇ ਵੱਲੋਂ ਵੱਧ ਕੇ ਪਾਈ ਹੋਈ ਕਬੱਡੀ। ਅਗਲੇ ਮੈਚ ਦੀਆਂ ਦੋਨਾਂ ਟੀਮਾਂ ਨੂੰ ਬੇਨਤੀ ਬਾਹਰ ਹੀ ਜਿਹੜਾ ਰੁਕਣਾ ਖਿਡਾਰੀ ਵੀਰੋ। ਲਓ ਵੀ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਇਸ ਵੇਲੇ ਗਿੰਦੀ ਤੂਤਾਂ ਵਾਲੇ ਦੇ ਨਾਲ, ਪਰ ਨੰਬਰ ਜਿਹੜਾ ਰੇਡਰ ਦੇ ਸੇ ਜੜਦਾ ਹੋਇਆ, ਪੁਆਇੰਟ ਲੰਡਿਆਂ ਦੀ ਟੀਮ ਦੇ ਸੇ ਜੜਦਾ ਹੋਇਆ। ਉਧਰ ਬਾਬਾ ਨਰ ਸਿੰਘ ਜੀ ਸਾਡੇ ਡੱਗਰ ਮਾਣੀ ਵਾਲੇ ਬਾਬਾ ਜੀ ਪਹੁੰਚੇ ਨੇ, ਸਤਨਾਮ ਸਿੰਘ ਤੇ ਧਰਮਿੰਦਰ ਸਿੰਘ, ਉਹਨਾਂ ਦੇ ਦੋ ਪੋਤੇ ਜਿਹੜੇ ਕਬੱਡੀ ਖੇਡਦੇ ਆ। ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਤੂਤਾਂ ਦੇ ਵੱਲੋਂ ਇਸ ਵੇਲੇ ਮੇਰੇ ਵੀਰੇ ਜੱਗੀ ਦੀ ਪਈ ਹੋਈ ਰੇਡ ਤੇ ਸਾਹਮਣੇ ਮੈਦਾਨ ਦੇ ਵਿੱਚ ਕਹਿੰਦੇ ਵਿੱਕੀ ਦੇ ਨਾਲ ਮੁਕਾਬਲਾ ਹੋ ਚੁੱਕਿਆ, ਪਰ ਨੰਬਰ ਇਸ ਵੇਲੇ ਜੱਗੀ ਭੂੰਦੜ ਵਾਲਾ
पॉइंट मेरे वीरे तूतां दी टीम दे लई प्राप्त करदा होया आ कहिंदे खिडारी दा माला पिंड लोक दलजीत सिंह माले वाला इस वेले कबड्डी पाउंदा होया जिला मोगा दा खिडारी दलजीत माले वाला इस वेले कबड्डी पाउंदा होया उधर गिंदी नाल निक्का ते नाल कहिंदे मेरे वीरो कीपा चाहां दे विचों कौन डकेगा कौन रखेगा समा दसेगा लो कीपे धूंदड़वाल दे नाल मुकाबला हो चुका है एक पासे पाई हो दलजीत दी कबड्डी ते नंबर इस वेले तूतां दी टीम दे से जुड़दा होया पवैट जाफियां दे से दे विच जुड़दा होया कि चुंगिया पर दे मर्ग नूं जिवें किसे शेर ने पकड़ लिया आ धावी नूं जाफी ने बाहवां विच जकड़ लिया हो देखण दा शिकबा भार कबड्डी नूं जुगां जुगां तों करन पंजाबी प्यार कबड्डी नूं लो पोला तूत वाला इस वेले कबड्डी पाउंदा होया पोले तूत दी पैंदी होई रेड उहदा जंटा लंडिया दा नाल तेजा ते नाल बोर्ड ते सामने मैदान दे विच विक्की चारां जाफियां दा कमदा सैट चाहां दे विचों कौन डकेगा लो सामने मैदान दे विच मुकाबला विक्की दे नाल ते नंबर जिहड़ा पोला तूतां वाला इस वेले अपनी टीम दे से जोड़दा होया उधर मोटरसाइकलां दा जेतू खिडारी आ जमन कौके ने भी खेडना सीगा पर मेरे वीरो थोड़ियां जिहा चोटां लगण दे कारण अज साडा वीर इस मैदान दे विच अपनी खेड दा प्रदर्शन नहीं कर सकिया बहुत ही वधिया महान कबड्डी खिडारी अमन कौके साडे दरम्यान साडे विचकार विशेष तौर ते पुज्जिया जिहड़े खिडारी दा अज पिंड पिपली नगर दे वल्लों भाई सिमरा बराड साडी जिंदगी दा प्यारा वीर भाई भोला सुखण वाला इन्हां भरावां दे वल्लों अज कहिंदे सिकंदर माड़ी वाले दा भी विशेष तौर ते मान सम्मान कीता जाणा आओ अगली कबड्डी खेड मैदान दे विच इस वेले जग्गी दी पाई होई कबड्डी मेरे वीरो नाल ही बेनती अगला मैच खारा ते कौके कलां नाल ही शूशक ते दोदा ਇਹ ਟੀਮਾਂ ਜਿਹੜੀਆਂ ਚਾਰੇ ਟੀਮਾਂ ਬਾਹਰ ਤਿਆਰ ਰਹਿਣਗੀਆਂ ਲਓ ਸਾਹਮਣੇ ਇਸ ਵੇਲੇ ਭੂੰਦੜ ਵਾਲਾ ਰੇੜ ਪਾਉਂਦਾ ਹੋਇਆ ਤੇ ਸਾਹਮਣੇ ਮੈਦਾਨ ਦੇ ਵਿੱਚ ਮੁਕਾਬਲਾ ਮੇਰੇ ਵੀਰੋ ਕਵਰੀ ਦੇ ਨਾਲ ਫੜਿਆ ਗੁੱਟ ਕੀ ਫੈਸਲਾ ਬਈ ਸੇਵਾ ਸਿੰਘ ਜੀ ਦੱਸਿਓ ਨੰਬਰ ਕਿੱਧਰ ਸੇਵੇ ਬਾਈ ਨੰਬਰ ਜਾਫੀਆਂ ਦਾ ਬਾਈ ਜੀ ਨੰਬਰ ਲੰਡਿਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਗੁੱਡ ਜੱਜਮੈਂਟ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਖਿਡਾਰੀ ਵੀਰਿਓ ਬਹੁਤ ਹੀ ਸੋਹਣੇ ਮੁਕਾਬਲੇ ਲਓ ਅਗਲੀ ਕਬੱਡੀ ਦਲਜੀਤ ਫਿਰ ਮਾਲੇ ਵਾਲਾ ਕਬੱਡੀ ਪਾਉਂਦਾ ਹੋਇਆ ਬਹੁਤ ਹੀ ਜਲਦੀ ਕਹਿੰਦੇ ਪੱਖੀ ਦੇ ਖੇਡ ਮਿਲ ਜਾਣ ਜਿਹੜੀਆਂ ਡੇਟਾਂ ਲਿਖੀਆਂ ਜਾਣਗੀਆਂ ਸਾਡਾ ਗਵਾਂਢੀ ਨਗਰ ਪਿੰਡ ਪੱਖੀ ਕਲਾਂ ਆਏ ਸਾਲ ਬੜਾ ਵੱਡਾ ਖੇਡ ਮੇਲਾ ਸਾਡੇ ਵੀਰਾਂ ਦੇ ਵੱਲੋਂ ਕਰਵਾਇਆ ਜਾਂਦਾ ਲਓ ਦਲਜੀਤ ਮਾਲੇ ਵਾਲਾ ਮੇਰੇ ਵੀਰੋ ਪਾ ਕਬੱਡੀ ਇੱਕ ਨੰਬਰ ਦਾ ਹੋਰ ਵਾਧਾ ਲੰਡਾ ਦੀ ਟੀਮ ਦੇ ਵਾਸਤੇ ਕਰਦਾ ਹੋਇਆ ਪਾ ਦੀ ਭੋਲੇ ਕਬੱਡੀ ਲਓ ਟੇਕ ਧਰਤੀ ਮਾਂ ਨੂੰ ਮੱਥਾ ਲਾਈ ਹੱਥਾਂ ਨੂੰ ਕਲੀ ਤੇ ਅਗਲੇ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਭੋਲਾ ਤੂਤ ਵਾਲਾ ਬੜਾ ਨਿਮਰਤਾ ਵਾਲਾ ਖਿਡਾਰੀ ਬੜੇ ਮਰਿਆਦਾ ਵਾਲਾ ਖਿਡਾਰੀ ਦਾ ਸ਼ੁਕਰੀਓ ਇਹ ਆ ਭੋਲਾ ਤੂਤ ਉਧਰ ਚਾਰ ਜਾਫੀ ਲੰਡਿਆਂ ਦੇ ਮਾਰਦੇ ਹੋਏ ਪੱਟਾਂ ਤੇ ਹਲਕੇ ਹਲਕੇ ਥਾਪੀਆਂ ਚੀਮ ਦੀ ਕੰਧ ਵਰਗੇ ਲਓ ਭੋਲੇ ਤੂਤ ਦੀ ਪਈ ਹੋਈ ਕਬੱਡੀ ਤੇ ਚੌਹਾਂ ਜਾਫੀਆਂ ਦੇ ਵਿੱਚੋਂ ਫਿਰ ਭਰੀਆਂ ਹੋਈਆਂ ਬਗਲਾਂ ਮੇਰੇ ਵੀਰੋ ਇਸ ਵੇਲੇ ਸਮ ਦੋਨਾਂ ਖਿਡਾਰੀਆਂ ਦਾ ਲੱਗਿਆ ਹੋਇਆ ਪੂਰਾ ਜ਼ੋਰ ਤੇ ਭੋਲੇ ਦੀ ਕਬੱਡੀ ਤੇ ਸਾਹਮਣੇ ਬੋਰਡ ਲੰਡਿਆਂ ਵਾਲਾ ਇਸ ਵੇਲੇ ਬਹੁਤ ਹੀ ਤਕੜਾ ਜੱਫਾ ਲਾਉਂਦਾ ਹੋਇਆ ਨੰਬਰ ਇਸ ਵੇਲੇ ਲੰਡਿਆਂ ਦੀ ਟੀਮ ਦੇ ਸੇ ਜੁੜਦਾ ਹੋਇਆ ਬਹੁਤ ਹੀ ਜ਼ਬਰਦਸਤ ਜੱਫਾ ਅਗਲੀ ਕਬੱਡੀ ਜਗਰਾਜ ਸਿੰਘ ਮੇਰੇ ਵੀਰੋ ਜਗਰਾਜ ਦਾ ਕਹਿੰਦੇ ਜੱਦੀ ਪਿੰਡ ਧੰਨਾ ਸ਼ਹੀਦ ਆ ਮੇਰੇ ਵੀਰੋ ਲਓ ਜਗਰਾਜ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਉੱਧਰ ਚਾਰ ਜਾਫੀ ਤੂਤਾਂ ਦੇ ਚਾਰਾਂ ਦੇ ਵਿੱਚੋਂ ਗਿੰਦੀ ਤੂਤਾਂ ਵਾਲਾ ਤੇ ਕੀ ਫੈਸਲਾ ਦੱਸੀ ਅੰਪਾਇਰ ਸਾਹਿਬ ਨੂੰ ਬੇਨਤੀ ਆ ਬਾਈ ਜੀ ਰੈਫਰੀ ਦਾ ਫੈਸਲਾ ਟੱਲ ਨੰਬਰ ਬਾਈ ਜੀ ਜਾਫੀਆਂ ਦਾ ਰੈਫਰੀ ਦਾ ਫੈਸਲਾ ਟੱਲ ਜੀ ਰੈਫਰੀ ਦਾ ਫੈਸਲਾ ਟੱਲ ਆ ਖਿਡਾਰੀ ਵੀਰੋ ਪਲੀਜ਼ ਜੋ ਰੈਫਰੀ ਨੇ ਕਰਤਾ ਮੰਨਣਾ ਪੈਣਾ ਮੇਰੇ ਵੀਰੋ ਖਾਰਾ ਤੇ ਕੌਂਕੇ ਕਲਾਂ ਦੀਆਂ ਟੀਮਾਂ ਬਾਹਰ ਹੀ ਵਾਰਮ ਅਪ ਰਹਿਣ ਖਾਰਾ ਵਸਤ ਜੀ ਕੌਂਕੇ ਕਲਾਂ ਸ਼ੂਸ਼ਕ ਤੇ ਦੋਦਾ ਕੁਲਦੀਪ ਸਿੰਘ ਜੀ ਸਾਡਾ ਵੀਰ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਬਾਈ ਜੀ ਰੈਫਰੀ ਦਾ ਫੈਸਲਾ ਟੱਲ ਜੀ ਪਲੀਜ਼ ਹੈਲੋ 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 ਸਾਊਂਡ ਵਾਲੇ ਵੀਰ ਨੂੰ ਬੇਨਤੀ ਵੀ ਥੋੜ੍ਹੀ ਜਿਹੀ ਆਵਾਜ਼ ਖੋਲਦੇ ਸੁਖਚੈਨ ਸਾਊਂਡ ਸਰਵਰ ਮੇਰੀ ਬੇਨਤੀ ਵੀ ਜਿੰਨੇ ਵੀ ਅਫੀਸ਼ਲ ਹੈ ਹੁਣ ਗਰਾਊਂਡ ਦੇ ਵਿੱਚ ਆ ਜਾਓ ਜਿੰਨੇ ਵੀ ਅਫੀਸ਼ਲ ਹੈ ਗਰਾਊਂਡ ਦੇ ਵਿੱਚ ਆ ਜਾਓ ਲਓ ਖੇਡ ਮੈਦਾਨ ਵਿੱਚ ਜੱਗੀ ਕਹਿੰਦੇ ਮੇਰੀ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ
उधर साढ़े बहुत ही सत्कार के योग एस एच ओ सरदार जसवंत सिंह जी पट्टी साढ़े विचार पहुंच चुके हैं, उन्होंने भी इतने पहुंचे तो जी एन आखते हैं। लाओ खेण मैदान देखना भी एक पासे लंडे पिंड की धरती का विकी मेरी भी बहुत कोशिश करता हो भूंदड़ वाले कहने नौजवान जग्गी डकन से रखने की गल करता, पर पॉइंट जोड़ा इस वे जग्गी भूंदड़ वाला अच्छे तूत पिंड के लिए कबड्डिया पा रहे हैं, पॉइंट जोड़ा इस वे तूत की टीम के हिस्से। मेरी जिंदगी का बहुत ही सत्कार वीर अरविंदर रूबी तूत पिंड वाला मेरी वीरों जी ने कहते इन्होंने खिडारियों कबड्डी के गुर दिते, कबड्डी दियां बरीकियां तो जाणू कराया, बहुत वड्डी देण है तूतां दे खिडारियों के लिए। अरविंदर रूबी जी का वड्डा धन्नवाद, मेरा वीर बब्बी मास्टर बहुत सारा माण जिहड़ा दस दे बोलों तो खुश होकर भेजदा, वड्डा धन्नवाद करांगा। लाओ खेड मैदान भोला नाम मेरी वीर सतावी का तूत पिंड, गल जे इस एरिए करिए मेरी वीर गोले वाला तूत, इन्हों पिंडा ने भी महान खिडारी पैदा की है, गुरजीत वर्गे गोरे वर्गे रूपे वर्गे खिडारियों की गल होंगी है मेरी वीरो। ला इस वे भूला तूतों वाला बद के कबड्डी पाँदा हुए है, उधरले पासे देखना भी चार जाफिया बद हूँ कि कोशिश करता अपनी टीम के लिए। यह आ बदोवाल के कबड्डी कप का उत्तम जाफी मेरी वीरो, नैनो गड्डी का जेतू जंटा लंडिया वाला नहीं जफा ला सकिया, पॉइंट जोड़ा तावी के हिस्से। आ भी जवाना पावी कबड्डी, जगराज सिंह नाम है इस तावी का मेरी वीरो, एक पासे बद के कबड्डी पाँदा हुआ, कहते अपने समय का महान खिडारी गुरदलबाग सिंह बागे का कहते मेरे वीरो रिश्तेदार है खिडारी। लो देखना भी पॉइंट जोड़ा तावी का, गूढ़िया रिश्तेदारियां इस नौजवान दियाँ दलबाग सिंह बागे मालिकां वाले के नाल दा पॉइंट इस वेले तावी के हिस्से। मैच की समाप्ति है, ये मणिवीर दसूगा भी कि टीम जीती है। लंडे पिंड की टीम जी इस मुकाबले साढ़े सत्त पॉइंट जेतू टीम है, छे अंक रहे ने मेरी वीर तूत पिंड की टीम दे लंडे जेतू है जी। उधर बहुत ही सत्कार दे योग वड्डा वीर गुरवीर शकूर पिंड वाला अपनी पूरी मित्र मंडली के नाल साडे विचकार पुज्या होया जी, इहनूं आखदे गुरवीर शकूर जी, इहनूं आखांगे साडे वीर दा निघा स्वागत है। उधर एस एच ओ सरदार जसवंत सिंह जी पट्टी थाना कल खुरद दे विच अपनियां सभावां दे रहे ने, सो उन्होंने भी असीं जी इहनूं आखदे हैं निघा स्वागत है। मेरी वीरो अपनी कीमती रजेवियां दे विचों समां कढ के साडे दरम्यान पुज्जे ने सरदार जसवंत सिंह जी पट्टी साहब, उन्होंने धन्यवाद। लखविंदर सिंह जी हरदयालिया और साडे क्लब के प्रधान भाई गुरजन सिंह जी, उन्होंने मुबारकबाद दिने हैं जिन्होंने मेरी वीरो अज का एक कबड्डी खेड मेला करवा के बहुत वड्डा मान जिहड़ा प्राप्त किया है, सो वड्डा धन्यवाद है साडे वीर गुरजन सिंह जी प्रधान। वड्डा धन्यवाद है राजविंदर सिंह जी जथेदार पंजगनी, वह भी साडे विचकार पुजे हुए है, उन्होंने भी जी इहनूं आखदे हैं। रैफरी साहबानां नूं मैं पहला अनाउंस कीता सी वी सारे ऑफिशियल हुण ग्राउंड दे विच आ जाण, जसवीर सिंह अलर्ट ऑफिशियल लैणे आ क्योंकि एक एक पॉइंट जिहड़ा खिडारी का बहुत कीमती है। हुण तुसीं अपनी जिम्मेवारी नाल जिहड़े रैफरी मूहरे जां अगे पिछे लाउणे आ, हर टीम दे लई एक एक पॉइंट जिहड़ा बहुत कीमती है। बिले मनी प्लीज, क्योंकि किसी भी टीम ना हो असी रैफरी दे वजह करके हार गए, बस अपनी जिम्मेवारी नाल ड्यूटी निभानी है। और जी आ आखेंगे साडे वीर गुरवीर जी शकूर वाले, उन्होंने मेरी बेनती है प्लीज वो स्टेज पर आके विराजमान हो, गुरवीर सिंह जी पिंड शकूर तो साडे विचकार पहुंचे आ, सो मेरी बेनती है प्लीज वो स्टेज पर आके विराजमान हो। खारा वर्ष जी कौके बहुत तगड़ा मैच खेडिया जाना मेरी वीरो, साढ़े दस और ग्यारह पॉइंटा का मैच खेडिया जाऊगा, दोनों टीम जीडिया नोट कर लैन। बब्बी जी, बब्बी जी साढ़े दस ते ग्यारह पॉइंट ला इधरले पासे कहिंदे शेरा नाम इस धावी दा मेरी वीरो, राऊवाल पिंड खेड मैदान देखना भी कैसा धारी गभरू, शेरे ने कबड्डी पा दी अज कौंकियां दे लई
सोहनिया कबड्डिया पाला मेरी वीरो कौंके की टीम जी सड़क वाली साइड खेलती इधरले पासे रेलवे लाइन वाली साइड आप देख रहे भी खारे की टीम है कि जब खेडे शक्तिमान खारा आता देखने का नजारा कि लोग चढ़ गए बनेरिया के पिंड के प्रधान लोगों की अख तेरे से यह शक्तिमान खारे वाला मेरी वीरो अंक अपनी टीम के हिस्से जोड़ता पलाइटिना मोटरसाइकिल का जेतू खिलाड़ी मेरी वीरो एक अंकड़ा वाधा करके अपनी पहली रेड के उत्ते पहला जफा कहते शक्तिमान खारे वाले ने लाया उधरले पासे देखना भी भैनी बाई आ पिंड सनावरन खिलाड़ी का गोरा नाम है लो कौंकिया वाला बल कोशिश करता हो पर जाता धूना पटता आ बठिंडे वाला नावरन खिलाड़ी कहते रामपुरे के एरिए का लो गोरा इस वे पॉइंट अपनी टीम के हिस्से जोड़ता जिस एरिए का कहना मेरी वीरो शीरा पिथों की धरती का दुनिया का महान खिलाड़ी होया लो सामने देखना भी चार जाफी फिर विकी बूटा राम ते शक्तिमान लगी हुई चेन दे विचों वध केड़ा कोशिश करदा उधर मेरी जिंदगी का बहुत ही सत्कारयोग वीर अवतार बराड लंघनिया होंगकोंग दे विच बैठा अज दे इस कबड्डी खेड मेले की एक एक रेड ते एक एक जफे का आनंद माणदा लो इधर विकी ने देख वध कोशिश कीती पर पॉइंट जिहड़ा धावी दे इसे कौंकियां दी टीम दे लई अज अमन कौंके का वड्डा मान सन्मान किया जाना है मेरी वीरो गुरवीर नूं मेरी बेनती है साढ़े बहुत ही सत्कार दे योग वीर शकूर पिंड वाले साढ़े भाई बब्बी जी के नाल गूढ़िया रिश्तेदारियां कि प्लीज़ वो मंच से आके जिहड़ा विराजमान होण स्टेज पर आके जिहड़ी अपनी चेयरस लै लैन गुरवीर शकूर जी लो खेड मैदान देखना भी उसले पाई हुई कबड्डी ते पॉइंट देखना भी धावी का मनी तूर पिंड वाला फैसले करता यह लखा एक्सट्रा खिलाड़ी प्लीज बॉक्सां विच चले जाओ बॉक्सां विच चले जाओ एक्सट्रा खिलाड़ी एक मेरी बेनती है दर्शकों जेडे लाइटा वाले पोल लगे हुए है इन्हों कोई हाथ ना लायो इलैक्ट्रीशियन मैन वालों बेनती हैलो हैलो एक भी साढ़े क्लब वालों बेनती है अपने कमेटी अमला करता है हाँ जी हाँ जी अमला जी भी यह भी होना बड़े तड़े कि मैच हो रहे हैं अब थोड़ा टाइम बताइए बहुत आनंद मान रहे सारे लोग गुरजन सिंह जी उन्होंने मुबारकबाद दो बराड़ साहब उन्होंने जिन्हों की योग अगवाई हेठ अज दी खेडा आप देख रहे हैं वड्डा आशीर्वाद अज दी खेडा साढ़े बहुत ही सत्कार के योग बाबा जी का असं धन्यवाद करेंगे बाबा बिट्टू दास जी जिन्हों का वड्डा आशीर्वाद अज दिया खेडों के लिए लो खेड मैदान देखना भी उसले फिर पाई हुई कबड्डी उधरले पासे देखना भी नवजन बूटे ने की हुई ट्राई पर पॉइंट जिहड़ा कौंकियां की टीम के हिस्से इस अगला मैच मेरी वीरो दोदा वर्सज शूशक दी टीमों के विचकार खेडा जाऊगा ये टीमें जिहड़ियां अपने आप तैयार रखनगियां लखा नाम इस धावी का मेरी वीरो छोटी उम्र है और सड़ौल शरीर नवजन खिलाड़ी का एक एक मसल पिया दसदा भी किन्नी मेहनत की है किन्नी मशक्कत की है नवजन धावी ने चीती जिन्नी फुरती का मालक कहने भी चोटी दे जाफिया से कबड्डिया पाई इस खिलाड़ी ने लो इसलिए कौंकिया वाला बल कोशिश करता है घेरण की लो निका देखना भी पुराने वाली आ बल कोशिश करता होया वाने दी सां पॉइंट धावी का लो पॉइंट जिहड़ा धावी का मेरी वीरो देखना भी एक पासे अंक रेडर का चल भी शेरिया पा भी कबड्डी राऊ वाल पिंड कहिंदे ना शेरा जट का हाथ ला के पाले वाल जांदा धूणा पटदा राऊ वाल पिंड कहिंदे नाम शेरा जट का हाथ ला के पाले वाल जांदा धूणा पटदा उधरले पासे देखना भी पाई हुई कबड्डी लो मास्टर आत्मा सिंह जी राऊ वाले पिंड का कहिंदे